ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ ਅਤੇ ਬਹੁਤ ਹੀ ਖਾਸ ਸ਼ੋਅ ਕਰਾਂਗੇ ਅਮਰਜੀਤ ਸਿੰਘ ਕੰਵਰ ਹੋਣਾ ਦੇ ਨਾਲ, ਜਿਹੜੇ ਕਿ ਚੀਫ ਨੇ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਦੇ, ਔਰ ਉਚੇਚੇ ਤੌਰ 'ਤੇ ਸਾਡੇ ਨਾਲ ਮੌਜੂਦ ਨੇ। ਕੰਵਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਡੱਲਾ ਜੀ, ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਕੰਵਰ ਸਾਹਿਬ, ਲੰਡਨ ਦੀ ਅੱਜ ਗੱਲ ਕਰਾਂਗੇ। ਯੂਕੇ ਦਾ ਅੱਜ ਕੱਲ੍ਹ ਟਰੈਂਡ ਹੈ, ਬਹੁਤ ਸਾਰੇ ਸਟੂਡੈਂਟ ਯੂਕੇ ਜਾਣਾ ਚਾਹੁੰਦੇ ਨੇ, ਯੂਕੇ 'ਚ ਲੰਡਨ, ਕਿਉਂਕਿ ਜਦੋਂ ਯੂਕੇ ਦੀ ਗੱਲ ਹੁੰਦੀ ਹੈ ਤਾਂ ਲੰਡਨ ਦਾ ਜਿਹੜਾ ਨਾਮ ਹੈ ਉਹ ਸਭ ਤੋਂ ਪਹਿਲਾਂ ਜ਼ਿਹਨ 'ਚ ਆਉਂਦਾ। ਅੱਜ ਮੈਨੂੰ ਇਹ ਦੱਸੋ ਕਿ ਸੱਚਮੁੱਚ ਲੰਡਨ ਇੱਕ ਬਹੁਤ ਚੰਗੀ ਡੈਸਟੀਨੇਸ਼ਨ ਹੈ ਪੜ੍ਹਾਈ ਦੇ ਲਈ ਯੂਕੇ 'ਚ? ਇਹ ਵੀ ਪਤਾ ਹੈ, ਪਤਾ ਲੱਗਿਆ ਕਹਿੰਦੇ ਮਹਿੰਗਾ ਬਹੁਤ ਹੈ, ਪਰ ਕੀ ਪੜ੍ਹਾਈ ਦੇ ਲਈ ਚੰਗੀ ਡੈਸਟੀਨੇਸ਼ਨ ਹੈ ਲੰਡਨ? ਜੇ ਆਪਾਂ ਡੱਲਾ ਸਾਹਿਬ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਮੇਰੇ ਖਿਆਲ ਨਾਲ ਐਜੂਕੇਸ਼ਨ ਲਈ ਸਿਰਫ ਲੰਡਨ ਨੂੰ ਪ੍ਰੈਫਰ ਕਰਨਾ ਸ਼ਾਇਦ ਉਨਾ ਜ਼ਿਆਦਾ ਲੌਜੀਕਲ ਨਾ ਹੋਵੇ ਜੀ। ਕਰੇਜ਼ ਹੈ ਕਿਉਂਕਿ ਲੰਡਨ ਸਿਰਫ ਯੂਕੇ ਦੀ ਕੈਪੀਟਲ ਨਹੀਂ ਗੀ, ਉਹ ਇੱਕ ਤਰ੍ਹਾਂ ਪੂਰੇ ਵਰਲਡ ਦੀ ਫਾਈਨੈਂਸ਼ੀਅਲ ਕੈਪੀਟਲ ਗਿਣਿਆ ਜਾਂਦਾ ਉਹਨੂੰ। ਬਹੁਤ ਵੱਡੀਆਂ ਵੱਡੀਆਂ ਕੰਪਨੀਜ਼, ਬਹੁਤ ਤਗੜੇ ਬਿਜ਼ਨਸਿਸ ਉੱਥੋਂ ਰਨ ਹੁੰਦੇ ਆ। ਇਟਸ ਅ ਲੈਂਡ ਆਫ ਓਪਰਚੁਨਿਟੀਜ਼। ਮੈਂ ਗੱਲ ਕਰਾਂ ਤਾਂ ਅਗਰ ਆਪਾਂ ਜੋਬਸ ਦੀ ਗੱਲ ਕਰੀਏ ਜਾਂ ਜ਼ਿੰਦਗੀ 'ਚ ਅੱਗੇ ਵਧਣ ਦੇ ਮੌਕਿਆਂ ਦੀ ਗੱਲ ਕਰੀਏ ਜਾਂ ਆਪਾਂ ਜ਼ਿੰਦਗੀ 'ਚ ਕੁਛ ਨਵਾਂ ਸਿੱਖਣ ਦੀ ਗੱਲ ਕਰੀਏ ਤਾਂ ਵਰਲਡ 'ਚ ਗਿਣੀਆਂ ਚੁਣੀਆਂ ਸਿਟੀਜ਼ ਨੇ ਜਿਹੜੀਆਂ ਤੁਹਾਨੂੰ ਕੁਛ ਇੱਦਾਂ ਦਾ ਐਕਸਪੋਜ਼ਰ ਦੇ ਸਕਦੀਆਂ, ਜਿਹਦੇ ਵਿੱਚ ਲੰਡਨ ਇਜ਼ ਵਨ ਆਫ ਦਾ ਟੋਪੈਸਟ ਵਨ, ਅਨਡਾਊਟਫੁਲੀ ਤੁਸੀਂ ਉਹਨੂੰ ਗਿਣ ਸਕਦੇ ਹੋ। ਕੈਨਰੀ ਵਾਫ ਇਹਦਾ ਇੱਕ ਏਰੀਆ ਹੈ ਜਿਹ 'ਚ ਸਭ ਤੋਂ ਜ਼ਿਆਦਾ ਬਿਜ਼ਨਸ ਹਾਊਸਿਸ ਨੇ। ਇਟਸ ਟੋਟਲੀ ਆ ਡਿਫਰੈਂਟ ਲੰਡਨ, ਲੰਡਨ ਦੇ ਅੰਦਰ ਇੱਕ ਤਰ੍ਹਾਂ ਦਾ ਡਿਫਰੈਂਟ ਲੰਡਨ ਹੈ ਉਹ। ਸੋ ਬੈਨੀਫਿਟ ਬਹੁਤ ਨੇ, ਅਗਰ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਗੱਲ ਕਰਦੇ ਹਾਂ ਤਾਂ ਬਹੁਤ ਜ਼ਿਆਦਾ ਨੇ। ਜਦੋਂ ਤੁਸੀਂ ਐਜੂਕੇਸ਼ਨ ਦੀ ਸਿਰਫ ਗੱਲ ਕਰਦੇ ਹੋ ਤਾਂ ਹਾਂ, ਕੁਛ ਉੱਥੇ ਅਦਾਰੇ ਨੇ ਜਿਹੜੇ ਵਰਲਡ ਰਿਕੋਗਨਾਈਜ਼ ਨੇ, ਔਰ ਜਿਹੜੇ ਵਰਲਡ ਦੇ ਵਿੱਚ ਸ਼ਾਇਦ 1, 2, 3 ਕਾਊਂਟਿੰਗ 'ਚ ਆਉਂਦੇ ਨੇ, ਜਿਹਦੇ ਵਿੱਚੋਂ ਆਕਸਫੋਰਡ ਯੂਨੀਵਰਸਿਟੀ ਹੈ, ਕੈਂਬਰਿਜ ਯੂਨੀਵਰਸਿਟੀ ਹੈ, ਲੰਡਨ ਸਕੂਲ ਆਫ ਇਕਨੋਮਿਕਸ ਹੈ। ਹੁਣ ਆਹ ਜਿਹੜੇ ਅਦਾਰੇ ਨੇ, ਕੈਂਬਰਿਜ ਯੂਨੀਵਰਸਿਟੀ ਅਗਰ ਤੁਹਾਨੂੰ ਪਤਾ ਹੋਵੇ, ਡਾਕਟਰ ਮਨਮੋਹਨ ਸਿੰਘ ਇੱਥੋਂ ਪੜ੍ਹੇ ਨੇ, ਹਾਂਜੀ। ਸੋ ਬਹੁਤ ਰਿਪਿਊਟਿਡ ਅਦਾਰੇ, ਬਹੁਤ ਫੀਸ ਪੱਖੋਂ ਤਾਂ ਤੁਸੀਂ ਉਹਨਾਂ ਨੂੰ ਐਕਸਪੈਂਸਿਵ ਗਿਣੋਗੇ, ਡੈਫੀਨੇਟਲੀ ਉਹ ਹੈਗੇ ਆ, ਉਹਨਾਂ ਦਾ ਦੂਸਰੀ ਯੂਨੀਵਰਸਿਟੀਜ਼ ਨਾਲ ਕੋਈ ਕੰਪੈਰੀਜ਼ਨ ਨਹੀਂ ਗਾ। ਜਿੱਥੇ ਬੱਚਾ ਮੰਨ ਲਓ ਨੋਰਮਲੀ ਜਿਹੜਾ ਬੱਚਾ ਜਾ ਰਿਹਾ ਅੱਜ ਕੱਲ੍ਹ 10-12 ਹਜ਼ਾਰ ਦੀ ਫੀਸ, ਇੱਥੇ ਤੱਕ ਉਹਦਾ ਅਦਰ ਹੈ। ਲੇਕਿਨ ਜਦੋਂ ਆਪਾਂ ਇਹਨਾਂ ਅਦਾਰਿਆਂ ਦੀ ਗੱਲ ਕਰਦੇ ਹਾਂ ਤਾਂ ਇਟਸ ਲਾਈਕ 3 ਟਾਈਮ ਜਾਂ 4 ਟਾਈਮ ਫੀਸ ਹੋਊਗੀ ਇੱਥੇ। 30-35 ਹਜ਼ਾਰ ਇੱਕ ਨੋਰਮਲ ਫੀਸ ਸਟਰਕਚਰ ਹੋਊਗਾ, ਔਰ ਉਸ ਤੋਂ ਬਾਅਦ ਵੀ ਇੱਥੇ ਜਿਹੜੇ ਕੱਟ ਆਫਸ ਹੈ, ਮਤਲਬ ਜਿਹੜੀ ਪਰਸੈਂਟੇਜ ਜਾਂ ਜਿਸ ਦਾਇਰੇ 'ਚ ਬੱਚੇ ਨੂੰ ਲਿਆ ਜਾਊਗਾ, ਉਹ ਅਗੇਨ ਅਨਐਕਸੈਪਸ਼ਨਲ ਰਹੂਗਾ ਆਪਣੇ ਨੋਰਮਲ। ਮੈਂ ਨੋਰਮਲ ਦੀ ਗੱਲ ਕਰ ਰਿਹਾ ਜਿਹਦੇ 'ਚ ਆਪਣੇ ਇੰਡੀਆ 'ਚ ਜਾਂ ਪੰਜਾਬ 'ਚ ਇੱਕ ਟ੍ਰੇਡ ਚੱਲਦੀ ਹੈ ਵੀ ਸਟੱਡੀ ਅਬਰੋਡ ਦਾ ਬਿਜ਼ਨਸ ਚੱਲਦਾ। ਸੋ ਉਸ ਦਾਇਰੇ ਨਾਲ ਕੰਪੇਅਰ ਕਰਕੇ ਚੱਲਦੇ ਹਾਂ ਤਾਂ ਬਹੁਤ ਉਹ ਇੱਕ ਵੱਖਰਾ ਅਦਾਰਾ ਹੈ ਜਦੋਂ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ। ਪਰ ਜਿਨ੍ਹਾਂ ਅਦਾਰਿਆਂ 'ਚ ਬੱਚੇ ਜਾਂਦੇ ਵੀ ਨੇ, ਜਿਹੜੀ ਯੂਨੀਵਰਸਿਟੀਜ਼ 'ਚ ਬੱਚੇ ਜਾ ਰਹੇ ਨੇ, ਪ੍ਰੈਜੈਂਟਲੀ ਆਪਾਂ ਗੱਲ ਕਰੀਏ ਤਾਂ ਉੱਥੇ ਕੋਵੈਂਟਰੀ ਯੂਨੀਵਰਸਿਟੀ ਦਾ ਕੈਂਪਸ ਹੈਗਾ, ਉੱਥੇ ਬਹੁਤ ਬੱਚੇ ਜਾ ਰਹੇ ਆ। ਯੂਨੀਵਰਸਿਟੀ ਵੈਸਟ ਲੰਡਨ ਦੇ ਵਿੱਚ ਬਹੁਤ ਬੱਚੇ ਜਾ ਰਹੇ ਆ, ਯੂਨੀਵਰਸਿਟੀ ਆਫ ਈਸਟ ਲੰਡਨ 'ਚ ਬਹੁਤ ਬੱਚੇ ਜਾ ਰਹੇ ਆ, ਦੈਨ ਸੰਡਰਲੈਂਡ ਯੂਨੀਵਰਸਿਟੀ ਦਾ ਉੱਥੇ ਕੈਂਪਸ ਹੈਗਾ। ਇਸ ਤੋਂ ਇਲਾਵਾ ਹੋਰ ਵੀ ਕਈ ਬਹੁਤ ਸਾਰੇ ਇੰਸਟੀਟਿਊਟਸ ਹੈ ਜਿਨ੍ਹਾਂ ਦੇ ਉੱਥੇ ਕੈਂਪਸਿਸ ਹੈਗੇ ਨੇ ਜਾਂ ਉਹ ਯੂਨੀਵਰਸਿਟੀਜ਼ ਉੱਥੋਂ ਬਿਲੋਂਗ ਕਰਦੀਆਂ ਨੇ। ਲੰਡਨ 'ਚ ਕਿੰਨੇ ਕੁ ਇੰਡੀਅਨਸ ਹੋਣਗੇ ਜੀ, ਕੀ ਲੱਗਦਾ ਤੁਹਾਨੂੰ? ਆਸਾਨੀ ਨਾਲ ਲੰਡਨ ਇਜ਼ ਮੇਜਰਲੀ ਅ ਰਿਚ ਪਾਪੂਲੇਸ਼ਨ ਔਰ ਮਿਕਸ ਪਾਪੂਲੇਸ਼ਨ ਹੈ, ਬਹੁਤ ਜ਼ਿਆਦਾ ਡਾਇਵਰਸਿਟੀ ਹੈ ਉੱਥੇ। ਉੱਥੇ ਇੰਡੀਅਨ ਵੀ ਬਹੁਤ ਨੇ, ਪਾਕਿਸਤਾਨੀਜ਼ ਵੀ ਬਹੁਤ ਨੇ, ਬੰਗਲਾਦੇਸ਼ੀਜ਼ ਬਹੁਤ ਨੇ, ਯੂਰੋਪੀਅਨਸ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਅਨਡਾਊਟਫੁਲੀ, ਐਂਡ ਦੈਨ ਉਸ ਤੋਂ ਇਲਾਵਾ ਹੋਰ ਜਿਹੜੀਆਂ ਅਲੱਗ ਅਲੱਗ ਕਮਿਊਨਿਟੀਜ਼ ਨੇ, ਬਿਕੋਜ਼ ਉੱਥੇ ਜਿੰਨੇ ਵੀ ਲੋਕ ਨੇ ਉਹ ਸਾਰੇ ਕੰਮਕਾਰ ਵਾਲੇ ਨੇ। ਇੱਕ ਚੀਜ਼ ਲਿਖ ਲਓ, ਉੱਥੇ ਵਿਹਲਾ ਕੋਈ ਵੀ ਨਹੀਂ ਹੈ, ਉੱਥੇ ਵਿਹਲਾ ਕੋਈ ਵੀ ਨਹੀਂ ਹੈਗਾ। ਇਟਸ ਵੈਰੀ ਬਿਜ਼ੀ ਸਿਟੀ, ਵੈਰੀ ਫੋਕਸ ਸਿਟੀ, ਔਰ ਮੋਸਟਲੀ ਇਟਸ ਅ ਪ੍ਰੋਫੈਸ਼ਨਸ, ਉੱਥੇ ਪ੍ਰੋਫੈਸ਼ਨਲਸ ਦੀ ਜਿਹੜੀ ਕਾਊਂਟਿੰਗ ਉਹ ਬਹੁਤ ਹਾਈ ਹੈ, ਬਹੁਤ ਹਾਈ ਹੈ ਉੱਥੇ ਲੰਡਨ ਦੇ। ਲੰਡਨ ਦੀ ਪੜ੍ਹਾਈ ਦਾ ਕਰੀਅਰ 'ਚ ਸਟੂਡੈਂਟ ਦੇ ਬਾਅਦ ਦੇ ਵਿੱਚ ਬੈਨੀਫਿਟ ਉਹਨੂੰ ਰਿਟਰਨ ਮਿਲਦਾ? ਡੈਫੀਨੇਟਲੀ ਸਰ, ਬਹੁਤ ਬਹੁਤ ਵੱਡਾ ਰਿਟਰਨ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਲੰਡਨ ਦੀ ਨਹੀਂ, ਤੁਸੀਂ ਇੰਗਲੈਂਡ 'ਚ ਕਿਤੇ ਵੀ ਪੜ੍ਹੇ ਆ ਜਾਂ ਤੁਸੀਂ ਕਿਤੇ ਵੀ ਅੱਛੀ ਐਜੂਕੇਸ਼ਨ ਲਈ, ਅੱਛੀ ਕੰਟਰੀ 'ਚ, ਤੁਸੀਂ ਖੁਦ ਯੂਕੇ ਪੜ੍ਹੇ ਹੋ, ਤੁਸੀਂ ਬਰਮਿੰਗਮ ਪੜ੍ਹੇ ਹੋ, ਤੁਹਾਨੂੰ ਕਦੀ ਅਫਸੋਸ ਹੁੰਦਾ ਰਿਹਾ ਵੀ ਅਸੀਂ ਲੰਡਨ ਨਹੀਂ ਪੜ੍ਹੇ? ਨਹੀਂ, ਇੱਦਾਂ ਕੁਛ ਨਹੀਂ ਹੈ। ਇਹਦਾ ਮਤਲਬ ਪੜ੍ਹਾਈ ਦੇ ਲਈ ਭਾਵੇਂ ਬਰਮਿੰਗਮ ਹੈ ਭਾਵੇਂ ਲੰਡਨ ਹੈ ਕੋਈ ਬਹੁਤਾ ਫਰਕ ਨਹੀਂ। ਪੜ੍ਹਾਈ ਦੇਖੋ, ਐਜੂਕੇਸ਼ਨ ਤੁਹਾਡੀ ਸਿਰਫ ਇੱਕ ਡਿਗਰੀ, ਆਪਾਂ ਉੱਥੇ ਯੂਨੀਵਰਸਿਟੀ ਆ ਫਿਜ਼ੀਕਲੀ ਬਣੀ ਹੋਈ, ਦੈਟ ਡਜ਼ਨਟ ਮੇਕ ਅ ਡਿਫਰੈਂਸ ਅਨਟਿਲ ਐਂਡ ਅਨਲੈਸ ਤੁਸੀਂ ਕਿਸੇ ਰਿਪਿਊਟਿਡ ਯੂਨੀਵਰਸਿਟੀ 'ਚ ਪੜ੍ਹਦੇ ਹਾਂ। ਹੁਣ ਅਸੀਂ ਵੀ ਜਿੱਥੇ ਪੜ੍ਹੇ ਸੀ, ਕੋਵੈਂਟਰੀ ਯੂਨੀਵਰਸਿਟੀ ਪੂਰੇ ਯੂਰਪ 'ਚ ਨੋਨ ਆ ਫੋਰ ਮਕੈਨੀਕਲ ਇੰਜੀਨੀਅਰਿੰਗ, ਠੀਕ ਹੈ ਜੀ, ਇੰਡਸਟਰੀ ਮਕੈਨੀਕਲ ਇੰਡਸਟਰੀ ਲਈ ਉਹ ਸਭ ਤੋਂ ਵਧੀਆ ਨੋਨ ਯੂਨੀਵਰਸਿਟੀ ਹੈ। ਜੈਗੁਆਰ ਦਾ ਫਸਟ ਇੰਜਨ ਉਹਦੇ ਅੰਦਰ ਡਿਵੈਲਪ ਹੋਇਆ, ਸਟਿਲ ਐਜ਼ ਅ ਮਾਡਲ ਉੱਥੇ ਪਿਆ ਹੁੰਦਾ। ਸੋ ਇਹ ਅਚੀਵਮੈਂਟ ਹੋਣੀ ਚਾਹੀਦੀ ਹੈ ਅਦਾਰੇ ਦੀ, ਜਦੋਂ ਤੁਸੀਂ ਐਜੂਕੇਸ਼ਨ ਦੇ ਪਰਪਸ ਨਾਲ ਸਿਰਫ ਕੰਪੇਅਰ ਕਰ ਰਹੇ ਹਾਂ। ਪੀ ਆਰ ਵਰਕ ਪਰਮਿਟ, ਪੀ ਐੱਸ ਡਬਲਿਊ ਵੀਜ਼ਾ, ਇਹ ਤਾਂ ਸਾਰੀਆਂ ਯੂਨੀਵਰਸਿਟੀਆਂ 'ਚ ਮਿਲਣਾ, ਕੋਈ ਉਹਦੇ 'ਚ ਉਹ ਨਹੀਂ ਗੀ ਗੱਲ, ਚਾਹੇ ਤੁਸੀਂ ਕਿਸੇ 'ਚ ਵੀ ਚਲੇ ਜਾਓ,
ਮੈਂ ਉੱਥੇ ਹੁਣ ਕਿਸੇ ਨੂੰ ਕਹਿ ਨਹੀਂ ਸਕਦਾ ਛੋਟੀ ਯੂਨੀਵਰਸਿਟੀ ਹੈ ਬਿਕੋਜ਼ ਪਰ ਕਿਹੜਾ ਸਟੂਡੈਂਟ ਲੰਡਨ ਲਈ ਚੂਜ਼ ਕਰੇ ਲੰਡਨ ਨੂੰ ਕੀ ਉਹ ਫਾਈਨੈਂਸ਼ੀਅਲੀ ਬਹੁਤ ਸਟਰੋਂਗ ਹੋਣਾ ਚਾਹੀਦਾ ਐਵਰੇਜ ਪਰਿਵਾਰ ਨਾ ਸਟੂਡੈਂਟ ਲੰਡਨ ਵਾਲੇ ਪਾਸੇ ਸੋਚਣ ਜਾਂ ਕੋਈ ਵੀ ਲੰਡਨ ਜਾ ਕੇ ਆਪਣੀ ਲਿਵਿੰਗ ਐਕਸਪੈਂਸਿਸ ਕੱਢ ਸਕਦਾ ਜਿਹੜਾ ਤਾਂ ਬੱਚਾ ਜਾ ਰਿਹਾ ਪਲੱਸ ਟੂ ਤੋਂ ਬਾਅਦ ਉਹਨੂੰ ਮੈਂ ਲੰਡਨ ਸੁਜੈਸਟ ਨਹੀਂ ਕਰੂੰਗਾ ਬਿਕੋਜ਼ ਉਹਨੇ 3 ਸਾਲ ਪੜ੍ਹਨਾ ਉਹਦੇ ਲਈ ਬਹੁਤ ਮਹਿੰਗਾ ਹੋ ਜੂਗਾ ਉੱਥੇ ਰੋਜ਼ ਅਪ ਡਾਊਨ ਕਰਨਾ ਯੂਨੀਵਰਸਿਟੀ ਅਟੈਂਡ ਕਰਨੀ ਫਿਰ ਉਹਦੇ ਲਾਗੇ ਛਾਗੇ ਜਿੰਨੀ ਵੀ ਅਕੋਮੋਡੇਸ਼ਨ ਮਿਲਣੀ ਹੈ ਜਿੰਨੀ ਵੀ ਦੂਰੋਂ ਉਹ ਟਰੈਵਲ ਕਰ ਸਕੇਗਾ ਮੰਨ ਲਓ 20-30 ਕਿਲੋਮੀਟਰ ਦੀ ਰੇਂਜ ਤੋਂ ਵੀ ਜੇ ਟਰੈਵਲ ਕਰਦਾ ਰੋਜ਼ ਤਾਂ ਵੀ ਉਹਨੂੰ ਅਕੋਮੋਡੇਸ਼ਨ ਸਸਤੀ ਨਹੀਂ ਮਿਲਣ ਲੱਗੀ ਇਟ ਵਿਲ ਬੀ ਐਕਸਪੈਂਸਿਵ ਕਿਉਂਕਿ ਲੰਡਨ 'ਚ ਨੋਰਮਲ ਹੈ 20-30 ਕਿਲੋਮੀਟਰ ਜਿੱਦਾਂ ਆਪਣੇ ਦਿੱਲੀ ਹੈ ਦਿੱਲੀ ਦੇ ਨਾਲ 20 ਕਿਲੋਮੀਟਰ ਤੱਕ ਇਟਸ ਨੋਰਮਲ ਕਿ ਸਾਰਾ ਕੁਛ ਐਕਸਪੈਂਸਿਵ ਹੀ ਹੈ ਕੁਛ ਵੀ ਸਸਤਾ ਨਹੀਂ ਗਾ ਸੋ ਸੇਮ ਇਜ਼ ਲੰਡਨ ਉੱਥੋਂ 20-30 ਕਿਲੋਮੀਟਰ ਤੱਕ ਕੁਛ ਵੀ ਸਸਤਾ ਨਹੀਂ ਗਾ ਸੋ ਅਕੋਮੋਡੇਸ਼ਨ ਮਹਿੰਗੀ ਟਰੈਵਲਿੰਗ ਮਹਿੰਗੀ ਟਿਊਬ 'ਚ ਟਰੈਵਲ ਕਰਨਾ ਹੈ ਇਕੱਲਾ ਬੱਸ 'ਚ ਨਹੀਂ ਚੱਲਣਾ ਸੋ ਐਵਰੀਥਿੰਗ ਕੋਸਟ ਅਪ ਤਾਂ ਉਹ ਜਿਹੜਾ 3 ਸਾਲ ਜਿਹੜੇ ਬੱਚੇ ਨੇ ਪੜ੍ਹਨਾ ਜਿਹਨੇ ਗ੍ਰੈਜੂਏਸ਼ਨ ਕਰਨੀ ਹੈ ਫਿਰ ਉਹਦੀ ਏਜ ਯੰਗ ਹੈ ਸੋ ਉਹ ਵਿਗੜਨ ਦੇ ਚਾਂਸ ਜ਼ਿਆਦਾ ਨੇ ਉਹਦੇ ਸੋ ਮੈਂ ਉਸ ਬੱਚੇ ਨੂੰ ਉਨਾ ਚਿਰ ਲੰਡਨ ਸੁਜੈਸਟ ਨਹੀਂ ਕਰਦਾ ਜਿੰਨਾ ਚਿਰ ਉਹਦੀ ਕੋਈ ਉੱਥੇ ਫੈਮਿਲੀ ਨਹੀਂ ਗੀ ਜਿਹੜੀ ਉਹਨੂੰ ਟੇਕ ਕੇਅਰ ਕਰ ਸਕਦੀ ਮਤਲਬ ਉਹਦੀ ਕੋਸਟ ਨੂੰ ਰਿਡਿਊਸ ਕਰ ਸਕਦੀ ਹੈ ਚਾਹੇ ਹੋਰ ਕੁਛ ਨਹੀਂ ਤਾਂ ਸਭ ਤੋਂ ਮੇਜਰ ਪਾਰਟ ਅਕੋਮੋਡੇਸ਼ਨ ਦਾ ਹੁੰਦਾ ਨਹੀਂ ਯੂਕੇ 'ਚ ਲਿਵਿੰਗ ਕੋਸਟ ਸਭ ਤੋਂ ਜ਼ਿਆਦਾ ਲੰਡਨ 'ਚ ਹੀ ਹੈ ਸਭ ਤੋਂ ਜ਼ਿਆਦਾ ਲੰਡਨ 'ਚ ਹੈ ਬਿਕੋਜ਼ ਹਰ ਚੀਜ਼ ਲੰਡਨ 'ਚ ਕੋਸਟ ਕਰਦੀ ਹੈ ਲੰਡਨ ਦੇ ਵਿੱਚ ਕਾਰ ਲਿਜਾਣ ਦਾ ਵੀ ਤੁਹਾਨੂੰ 30-40 ਪਾਉਂਡ ਇੱਕ ਦਿਨ ਦੇ ਦੇਣੇ ਪੈਂਦੇ ਆ ਕੰਜੈਸ਼ਨ ਚਾਰਜਿਸ ਠੀਕ ਹੈ ਨਹੀਂ ਤੁਸੀਂ ਆਪਣੀ ਕਾਰ ਵੀ ਨਹੀਂ ਲਿਜਾ ਸਕਦੇ ਸੋ ਨੋਰਮਲੀ ਪੀਪਲ ਡੋਂਟ ਡਰਾਈਵ ਇਨ ਲੰਡਨ ਉੱਥੇ ਜ਼ਿਆਦਾਤਰ ਟੈਕਸੀਸ ਨੇ ਬੱਸਿਸ ਨੇ ਔਰ ਤੁਹਾਨੂੰ ਅਗਰ ਆਪਣੀ ਲੰਡਨ ਦੇ ਵਿੱਚ ਕਾਰ ਵਾੜਨੀ ਹੈ ਤਾਂ ਇੱਕ ਦਿਨ ਲਈ ਵੀ ਤਾਂ ਤੁਹਾਨੂੰ 35-40 ਪਾਉਂਡ ਕੰਜੈਸ਼ਨ ਚਾਰਜਿਸ ਦੇਣੇ ਪੈਂਦੇ ਆ ਔਰ ਇਹ ਇੰਨੇ ਚਾਰਜਿਸ ਨੇ ਕਿ ਸ਼ਾਇਦ ਇੱਕ ਸਟੂਡੈਂਟ ਅਗਰ ਪਾਰਟ ਟਾਈਮ ਕੰਮ ਕਰੂਗਾ ਤਾਂ ਉਹਦੇ ਪੂਰੇ 1 ਦਿਨ ਦੀ ਦਿਹਾੜੀ ਹੈ ਸੋ ਕਾਰ ਵਗੈਰਾ ਇਟਸ ਨੋਟ ਲਾਈਕ ਕਿ ਹਰ ਬੰਦਾ ਉਹ 'ਚ ਕਾਰ ਲੈ ਕੇ ਵੜ ਗਿਆ ਨਹੀਂ ਬਹੁਤ ਰੇਅਰ ਹੈ ਹੈਗੀਆਂ ਨੇ ਦੇਖਣ ਨੂੰ ਤੁਹਾਨੂੰ ਬਹੁਤ ਦੇਖਣਗੀਆਂ ਬਟ ਉਹ ਸਾਰੀਆਂ ਬਿਜ਼ਨਸ ਕਲਾਸ ਨੇ ਜਾਂ ਉਹ ਲੋਕ ਉੱਦਾਂ ਦੇ ਐਮਰਜੈਂਸੀ ਕੰਮ ਦੇ ਵਿੱਚ ਆਏ ਹੋਏ ਆ ਕਿ ਜਿੱਥੇ ਉਹਨਾਂ ਨੂੰ ਵਹੀਕਲ ਅੰਦਰ ਲਿਜਾਣਾ ਪੈ ਰਿਹਾ ਬਟ ਨੋਰਮਲੀ ਆਊਟਰ ਵਹੀਕਲਸ ਇੱਦਾਂ ਨਹੀਂ ਜਾਂਦੇ ਦੇ ਇਟ ਕੋਸਟ ਦੈਮ ਅਲੋਟ ਕਿ ਉਹ ਅੰਦਰ ਤੁਸੀਂ ਪੜ੍ਹੇ ਹੋ ਬਰਮਿੰਗਮ ਮੈਂ ਬਰਮਿੰਗਮ ਨੇ ਬਰਮਿੰਗਮ ਤੋਂ ਲੰਡਨ ਕਿੰਨੀ ਦੂਰ ਹੈ ਅਰਾਊਂਡ 1.5-2 ਘੰਟੇ ਅਗਰ ਆਪਾਂ ਨੋਰਮਲ ਜਾਂਦੇ ਹਾਂ ਬਟ ਇੱਕ ਸਪੈਸ਼ਲ ਟ੍ਰੇਨ ਜਾਂਦੀ ਸੀ ਵਰਜਿਨ ਟ੍ਰੇਨ ਉਹਦੇ ਵਿੱਚ ਤਕਰੀਬਨ ਜੀ 1 ਘੰਟਾ ਜਾਂ 1 ਘੰਟਾ 10 ਮਿੰਟ ਲੱਗਦੇ ਆ ਅਤੇ ਤੁਸੀਂ ਪੜ੍ਹਾਈ ਦੇ ਦੌਰਾਨ ਬਰਮਿੰਗਮ ਕਿੰਨੀ ਕੁ ਵਾਰੀ ਲੰਡਨ ਜਾਂਦੇ ਰਹੇ ਹੋ ਬਹੁਤ ਵਾਰੀ ਬਿਕੋਜ਼ ਫਰੈਂਡਸ ਹੈ ਸੋ ਪਾਰਟੀ ਕਰਨ ਲਈ ਸਭ ਤੋਂ ਬੈਸਟ ਜਗ੍ਹਾ ਹੈ ਜੀ ਬਿਕੋਜ਼ ਤੁਸੀਂ ਨਾਈਟ ਕਲੱਬਸ 'ਚ ਜਾਂਦੇ ਆ ਜਾਂ ਤੁਸੀਂ ਘੁੰਮਣ ਵਾਲੀਆਂ ਜਿੰਨੀਆਂ ਵੀ ਜਗ੍ਹਾ ਨੇ ਲੰਡਨ ਬ੍ਰਿਜ ਹੋ ਗਿਆ ਮੈਦਾਨ ਤੁਸਾਡ ਹੋ ਗਿਆ ਜਾਂ ਹੋਰ ਵੀ ਜਿਹੜੀਆਂ ਫੇਮਸ ਜਗ੍ਹਾ ਨੇ ਆਕਸਫੋਰਡ ਸਟਰੀਟ ਹੋ ਗਿਆ ਉਹ ਸਾਰੇ ਹਰ ਬੱਚੇ ਵਾਂਗੂ ਸਾਨੂੰ ਵੀ ਸ਼ੌਂਕ ਹੁੰਦਾ ਐਂਡ ਇਟਸ ਗੁੱਡ ਤੁਸੀਂ ਉਹ 'ਚ ਜਾ ਸਕਦੇ ਉਹਦੇ 'ਚ ਇੱਕ ਬਹੁਤ ਅੱਛੀ ਉਦੋਂ ਚੀਜ਼ ਹੁੰਦੀ ਸੀ ਉਹਨੂੰ ਪਾਊਂਡ ਬੱਸ ਕਹਿੰਦੇ ਹੁੰਦੇ ਸੀਗੇ ਇੱਦਾਂ ਹੀ ਕੁਛ ਉਹਦਾ ਨਾਮ ਸੀ ਮੈਨੂੰ ਤਾਂ ਹੁਣ ਯਾਦ ਭੁੱਲ ਗਿਆ ਉਹ 3-2.5 ਪਾਊਂਡ ਦੇ ਵਿੱਚ ਉਦੋਂ ਲੰਡਨ ਲੈ ਕੇ ਜਾਂਦੀ ਹੁੰਦੀ ਸੀ ਔਰ ਉਹ ਹਫ਼ਤੇ 'ਚ 1-2 ਦਿਨ ਚੱਲਦੀ ਹੁੰਦੀ ਸੀ ਤਾਂ ਉਹਦੀ ਸਪੈਸ਼ਲ ਬੁਕਿੰਗ ਕਰਨੀ ਪੈਂਦੀ ਸੀ ਤਾਂ ਸਾਨੂੰ ਯਾਦ ਆ ਅਸੀਂ ਉਹ ਕਰਦੇ ਰਹੇ ਹਾਂ ਪੈਸੇ ਬਚਾਉਣ ਲਈ ਵੀ ਲੰਡਨ ਵੀ ਜਾਣਾ $20-20 ਇਕੱਠਾ ਕਿਰਾਇਆ ਖਰਚਣ ਨੂੰ ਜੀ ਨਹੀਂ ਕਰਦਾ ਤਾਂ 15-20 ਦਿਨ ਪਹਿਲਾਂ ਹੀ ਆਪਣਾ ਪਲਾਨ ਬਣਾ ਕੇ ਉਹਨੂੰ ਬੁੱਕ ਕਰ ਲਿਆ ਔਰ ਬਾਅਦ 2-3 ਪਾਊਂਡ 'ਚ ਤੁਸੀਂ ਲੰਡਨ ਗਏ ਘੁੰਮੋ ਫਿਰੋ ਆਰਾਮ ਨਾਲ ਪੂਰਾ ਦਿਨ ਐਂਡ ਦੈਨ ਯੂ ਕੈਨ ਕਮ ਬੈਕ ਔਰ ਯੂ ਕੈਨ ਮੇਕ ਅ ਸਟੇ ਓਵਰ ਸੋ ਲੰਡਨ ਬਹੁਤ ਓਪਰਚੁਨਿਟੀਜ਼ ਦੀ ਜਗ੍ਹਾ ਸਰ ਤੇ ਜੇ ਪੜ੍ਹਾਈ ਤੁਸੀਂ ਜੇ ਤੁਸੀਂ ਲੰਡਨ 'ਚ ਪੜ੍ਹਾਈ ਮੁਕਾ ਲੈਂਦੇ ਹੋ ਜੀ ਤੇ ਕੀ ਜੋਬਸ ਲੰਡਨ 'ਚ ਮਿਲਦੀਆਂ ਨੇ ਜਾਂ ਪੂਰੇ ਯੂਕੇ 'ਚ ਮਿਲਦੀਆਂ ਨੇ ਜਾਂ ਯੂਕੇ ਤੋਂ ਬਾਹਰ ਵੀ ਮਿਲਦੀਆਂ ਪੂਰੇ ਯੂਰਪ 'ਚ ਮਿਲਦੀਆਂ ਨੇ ਪੂਰੀ ਦੁਨੀਆ 'ਚ ਮਿਲਦੀਆਂ ਨੇ ਮੇਰੇ ਨਾਲ ਮੇਰਾ ਇੱਕ ਦੋਸਤ ਸੀ ਆਈ ਥਿੰਕ ਮੈਂ ਪਿਛਲੇ ਸ਼ੋਅ 'ਚ ਵੀ ਇੱਕ ਵਾਰੀ ਦੱਸਿਆ ਸੀ ਕਿ ਹੀ ਵੈਂਟ ਟੂ ਕੁਵੈਤ ਉਹਨੂੰ ਕੁਵੈਤ ਜੋਬ ਮਿਲੀ ਸੀ ਬਿਕੋਜ਼ ਲੰਡਨ ਇਟਸ ਨੋਟ ਅਬਾਊਟ ਯੂਕੇ ਲੰਡਨ ਇਜ਼ ਅਬਾਊਟ ਵਰਲਡ ਉੱਥੇ ਦੁਨੀਆ ਦੀਆਂ ਵੱਡੀਆਂ ਵੱਡੀਆਂ ਔਰਗਨਾਈਜੇਸ਼ਨ ਦੇ ਆਫਿਸਿਸ ਨੇ ਸੋ ਇਟਸ ਵੈਰੀ ਨੋਰਮਲ ਕਿ ਜਦੋਂ ਤੁਸੀਂ ਜੋਬ ਇੰਟਰਵਿਊ ਦਿੰਦੇ ਹੋ ਤਾਂ ਉੱਥੇ ਕੋਈ ਲਿਮਿਟੇਸ਼ਨ ਨਹੀਂ ਗੀ ਕਿ ਤੁਹਾਨੂੰ ਇੰਗਲੈਂਡ 'ਚ ਹੀ ਜੋਬ ਮਿਲੇ ਉਹ ਤੁਹਾਡੀ ਪ੍ਰੈਫਰੈਂਸ ਹੋ ਸਕਦੀ ਹੈ ਕਿ ਤੁਸੀਂ ਇੰਗਲੈਂਡ 'ਚ ਕਰਨੀ ਹੈ ਉਹ ਤੁਸੀਂ ਜੋਬ ਅਪਲਾਈ ਕਰਨ ਤੋਂ ਪਹਿਲਾਂ ਦੇਖ ਸਕਦੇ ਹੋ ਕਿ ਜੋਬ ਦੀ ਲੋਕੇਸ਼ਨ ਕੀ ਹੈ ਜਾਂ ਉਹ ਸਭ ਬਟ ਅਦਰਵਾਈਜ਼ ਜਿਹੜੀਆਂ ਉੱਥੇ ਓਪਰਚੁਨਿਟੀਜ਼ ਨੇ ਦੇ ਆਰ ਵਰਲਡ ਓਵਰ ਓਪਨ ਟੂ ਯੂ ਸੋ ਗੇਟਵੇ ਬਹੁਤ ਵੱਡਾ ਮਿਲਦਾ ਹੈ ਬੈਨੀਫਿਟ ਬਹੁਤ ਜ਼ਿਆਦਾ ਨੇ ਮਾਸਟਰਸ ਵਾਲੇ ਜਿਹੜੇ ਬੱਚੇ ਆ ਉਹ ਪ੍ਰੈਫਰ ਕਰ ਸਕਦੇ ਨੇ ਲੰਡਨ ਅੱਛਾ ਮਾਸਟਰਸ ਵਾਲੇ ਲੰਡਨ ਪ੍ਰੈਫਰ ਕਰਨ ਉਹਦੇ 2 ਰੀਜ਼ਨ ਆ ਇੱਕ ਤਾਂ ਉਹਨਾਂ ਨੇ ਪੜ੍ਹਨਾ ਹੀ 1 ਸਾਲ ਹੈ ਸਿਰਫ ਸੋ 1 ਸਾਲ ਜੇ ਉਹਨਾਂ ਨੂੰ ਮਹਿੰਗਾ ਵੀ ਪੈ ਗਿਆ ਰਹਿਣਾ ਤਾਂ ਇਟ ਡਜ਼ਨਟ ਮੈਟਰ ਕਿਉਂਕਿ ਉਸ ਤੋਂ ਬਾਅਦ ਉਹਨਾਂ ਨੇ ਫੁੱਲ ਟਾਈਮ ਕੰਮ ਕਰਨਾ ਹੀ ਕਰਨਾ ਚਾਹੇ ਉਹ ਇੰਟਰਨਸ਼ਿਪ ਪ੍ਰੋਗਰਾਮ ਵਾਲੀ MBA ਵੀ ਮਾਸਟਰਸ ਹੋਵੇ ਔਰ ਜਾਂ PSW ਦੇ ਚਲੇ ਜਾਣਗੇ ਸੋ ਇਹ 1 ਸਾਲ ਜੇ ਉਹ 2-4 ਹਜ਼ਾਰ ਪਾਉਂਡ ਉਹਨਾਂ ਨੂੰ ਮਹਿੰਗਾ ਵੀ ਪੈ ਗਿਆ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੇ ਕੋਈ ਅਗਲੇ ਸਾਲ ਫੀਸ ਨਹੀਂ ਦੇਣੀ ਸੈਕਿੰਡ ਕਿਉਂਕਿ ਉਹ ਮਾਸਟਰਸ ਤੋਂ ਬਾਅਦ ਉਹਨਾਂ ਨੇ ਇੱਕਦਮ ਆਪਣੇ ਕਰੀਅਰ 'ਚ ਵੀ ਐਂਟਰ ਹੋਣਾ ਹੁੰਦਾ ਸੋ ਉਹਨਾਂ ਕੋਲ ਐਕਸਪਲੋਰ ਕਰਨ ਦੀ ਜਿਹੜੀਆਂ ਓਪਰਚੁਨਿਟੀਜ਼ ਆ ਜਾਂ ਮੌਕੇ ਉਹ ਜ਼ਿਆਦਾ ਵੱਧ ਜਾਂਦੇ ਨੇ ਕਿਉਂਕਿ 1 ਸਾਲ ਦੀ ਪੜ੍ਹਾਈ ਦੇ ਵਿੱਚ ਉਹ ਬਹੁਤ ਕੁਝ ਦੇਖ ਲੈਣਗੇ ਆਪਣੇ ਸਰਾਊਂਡਿੰਗ ਜੋ ਸ਼ਾਇਦ ਉਹ ਦੂਸਰੇ ਕਿਸੇ ਸ਼ਹਿਰ 'ਚ ਰਹਿ ਕੇ ਨਾ ਦੇਖ ਸਕਣ
मान लो कोई बच्चा अगर किसी होर जगह पर चला गया, चाहे बर्मिंगम भी है इटसेल्फ कंपैरेटिवली घट है, मैनचेस्टर भी है, लीड्स भी है, तुसी किते भी होर चले जाते हो तो लंडन के कंपैरेटिवली जिहड़ा एक्सपोजर है एक साल के विच तुहाडा काफ़ी घट होएगा, इहदे च कोई शक नहीं। इत्थे नालों बहुत वध होएगा यह भी कोई शक नहीं, बट लंडन नालों घट होएगा इहदे च भी कोई शक नहीं। सो मास्टर्स वाले लिए आई वुड से इट्स अ बेस्ट डेस्टिनेशन, उन्होंने जाना भी चाहिए एज फार उन्हें ट्रेड ओरिएंटेड ना हो, कई ट्रेड ओरिएंटेड होंगे ने। सो अगर तुम ऑटोमोबाइल करनी है तो दैन कोवेंट्री तो वधिया कोई जगह नहीं हो सकती, ठीक है नहीं। तुम बिजनेस लिए करनी है तो वॉरिक तो जगह कुछ नहीं वधिया हो सकता, तुम मकैनिकल्स कुछ होर करना है तो तुम मैनचेस्टर प्रैफर कर सकते हो। सो इट ऑल डिपेंड्स कि तुम पढ़न भी की जा रहे हो, बट लंडन जो एक्सपोजर दिता डेफिनेटली इट्स नैक्सट टू वनस माइंड, मतलब एक जने की सोच तो किसी की भी वो सोच तो उपर की चीज़ है। और मास्टर्स वाले बच्चों आई परसनली रिकमेंड कि उन्होंने जाना चाहिए। चलो बहुत बहुत धन्यवाद, बहुत चंगीआं जानकारियां तुसीं लंडन बारे सांझीआं कीतीआं। सो स्टूडेंट्स कभी भी ब्रॉडवे के हैल्पलाइन नंबर 90238 90238 संपर्क कर सकते हैं, और यूके या लंडन बारे किसी भी तरह का अपडेट है या एडमिशन है तो कंसल्टेंसी ले सकते हैं। थैंक यू सो मच सर। थैंक यू जी, सत श्री अकाल।